ਬੇਟਾ ਦੁਬਾਲੀਆ ਤੇ ਬੀਬਾ ਹਰਦੀਪ ਕੌਰ ਬੱਬੂ ਜੀ। ਬਹੁਤ ਸੋਹਣਾ ਮਾਹੌਲ ਬਣਿਆ ਹੋਇਆ। ਮੇਰੇ ਬਹੁਤ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ, ਸਾਡੇ ਵਿਆਹ ਵਾਲੇ ਬਾਈ ਜੀ, ਉਹਨਾਂ ਦੇ ਫਾਦਰ ਸਾਹਿਬ, ਔਰ ਉਹਨਾਂ ਦੇ ਵੱਡੇ ਭਰਾ ਸਰਦਾਰ ਗੁਰਜੀਤ ਸਿੰਘ ਜੀ, ਉਹਨਾਂ ਵੱਲੋਂ ਡਿਊਟੀ ਹੈ ਤੁਹਾਡੇ ਨਾਲ ਇਸ ਖੁਸ਼ੀ ਨੂੰ ਹੋਰ ਚਮਕਾਉਣ ਦੀ। ਬੋਈਆਂ ਵਾਲਿਆਂ ਤੋਂ ਸਾਡੇ ਬਾਈ ਜੀ ਹੋਰੀ, ਉੱਧਰ ਵੀ ਅਸੀਂ ਪ੍ਰੋਗਰਾਮ, ਸਾਡੇ ਆਪਣਾ ਪ੍ਰੋਗਰਾਮ ਹੀ ਹੈ, ਆਪਣੇ ਘਰ ਦੀ ਗੱਲ ਹੈ। ਸਾਰਿਆਂ ਨਾਲੋਂ ਵੱਡੀ ਗੱਲ ਹੈ ਜਿਹੜੀ, ਵੀ ਅਸੀਂ ਕਿਸੇ ਵਿਆਹ 'ਤੇ ਜਾਈਏ ਅਤੇ ਜੋੜੀ ਜਿਹੋ ਜਿਹੀ ਮਰਜ਼ੀ ਹੋਵੇ, ਸਾਨੂੰ ਸੋਹਣੀ ਕਹਿਣਾ ਹੀ ਪੈਂਦਾ ਹੁੰਦਾ, ਪਰ ਇੱਥੇ ਪਰਮਾਤਮਾ ਨੇ ਇੰਨੀ ਵਧੀਆ ਕਿਰਪਾ ਕੀਤੀ ਹੈ, ਜੋੜੀ ਸੱਚੀ ਮੁੱਚੀ ਸੋਹਣੀ ਹੈ। ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ, ਪਿਆਰ ਅਥਵਾ ਜਿੰਨਾ ਤੁਸੀਂ ਪ੍ਰੀ ਵੈਡਿੰਗ ਦੇ ਵਿੱਚ ਦੇਖਿਆ ਇਹਨਾਂ ਦਾ, ਇਹ ਐਂ ਬਣਿਆ ਰਹੇ ਤਾਂ ਵਧੀਆ ਗੱਲ ਹੈ। ਲਵਪ੍ਰੀਤ ਐਂ ਹਨ, ਇਹ ਵੈਸੇ ਐਂ ਹੁੰਦਾ ਆਮ ਤੌਰ 'ਤੇ ਵੀ ਜਦੋਂ 3-4 ਸਾਲ ਲੰਘ ਜਾਂਦੇ ਆ ਨਾ, ਫਿਰ ਨੈਣ ਨਕਸ਼ੇ ਜੇ ਵੀ ਆਪਸ 'ਚ ਇਕੱਠੇ ਹੀ ਹੋ ਜਾਂਦੇ ਨੇ, ਐਂ ਲੱਗਦਾ ਹੁੰਦਾ ਵੀ ਇੱਕੋ 'ਚ ਕਰਦੇ ਹੀ ਹੈ। ਹਾਂ, ਉਹੋ ਜਿਹੇ ਮੁੰਡਾ ਉਹੋ ਜਿਹੀ ਕੁੜੀ ਲੱਗਣ ਲੱਗ ਜਾਂਦੀ ਹੈ। ਬਹੁਤ ਸੋਹਣਾ ਪਰਮਾਤਮਾ ਨੇ ਇਹ ਮੇਲ ਮਿਲਾਇਆ। ਵਿਚੋਲਾ ਸਾਹਿਬ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਮੇਲ ਮਿਲਾਇਆ, ਦੋ ਰੂਹਾਂ ਦਾ ਮੇਲ ਕਰਾਇਆ। ਹਾਂ, ਵਿਚੋਲੇ ਦਾ ਬਹੁਤ ਰੋਲ ਹੁੰਦਾ। ਦੁਗਾਣੇ ਤੁਹਾਡੇ ਨਾਲ ਸਾਂਝੇ ਕਰਨੇ ਨੇ, ਅੱਧਾ ਕੁ ਘੰਟਾ ਲਾਉਣੇ ਆ। ਪਹਿਲਾਂ ਸਾਡੀਆਂ ਭੈਣ ਜੀ ਹੋਰੀ ਸਤਿਕਾਰਯੋਗ ਬੈਠੀਆਂ ਨੇ, ਸਾਡੀਆਂ ਮਾਵਾਂ ਬੈਠੀਆਂ, ਵਿੱਚ ਬੱਚੀਆਂ ਬੈਠੀਆਂ ਸਾਡੀਆਂ, ਸਿਆਣੇ ਬੰਦੇ ਬੈਠੇ ਨੇ। ਪਹਿਲਾਂ ਦੁਗਾਣੇ ਉਸ ਤਰ੍ਹਾਂ ਦੇ ਗਾਉਣੇ ਆ, ਫਿਰ ਥੋੜ੍ਹਾ ਜਿਹਾ ਉਦੋਂ ਨੂੰ ਮੂਡ ਬਣ ਜਾਣਾ। ਜਦੋਂ ਗੱਭਰੂਆਂ ਨੇ ਨੱਚਣਾ ਨੁਚਣਾ ਹੋਇਆ ਤਾਂ ਸਾਨੂੰ ਦੱਸ, ਕਿਉਂਕਿ ਮੈਂ ਸੁਣਿਆ ਬਾਈ ਜੀ ਹੋਰਾਂ ਨੇ ਦੱਸਿਆ ਵੀ ਫੋਰਨ ਤੋਂ ਵੀ ਮੁੰਡੇ ਆਏ ਹੋਏ ਨੇ, ਬਾਈ ਲਵਪ੍ਰੀਤ ਦੇ ਯਾਰ ਦੋਸਤ, ਬਹੁਤ ਸਾਰੇ ਗੱਭਰੂ ਆਏ ਹੋਏ ਨੇ। ਬਹੁਤ ਖੁਸ਼ ਹੁੰਦਾ ਜਿਹੜੇ ਇੱਥੋਂ ਜਾ ਕੇ ਕਮਾਈ ਕਰਕੇ ਇੱਥੋਂ ਦੀ ਵੀ ਜ਼ਿੰਦਗੀ ਸੁਧਾਰ ਦਿੰਦੇ ਨੇ ਅਤੇ ਉੱਥੋਂ ਦੀ ਵੀ ਸੁਧਾਰ ਹੁੰਦੀ ਹੈ। ਬਾਈ ਲਾਲੀ ਮਨਸੂਰਵਾਲ ਤੋਂ ਮੇਰੇ ਬਹੁਤ ਸਤਿਕਾਰਯੋਗ ਬਾਈ ਜੀ ਹੋਰੀ, ਉਹ ਵੀ ਪਹੁੰਚ ਗਏ ਨੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇਹ ਸਾਡੇ ਆਪਦੇ ਘਰ ਦਾ ਪ੍ਰੋਗਰਾਮ ਹੈ, ਇੱਥੇ ਰਿਸ਼ਤੇਦਾਰੀਆਂ ਬਹੁਤ ਨੇ। ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਹਾਂ ਅਤੇ ਦਰਿਆ ਤੋਂ ਪਹਿਲਾਂ ਹੀ ਜੀ ਕੇ ਰੈਸਟੋਰੈਂਟ ਇੱਧਰਲੇ ਪਾਸੇ ਬਾਈ ਜੀ ਹੋਰਾਂ ਦਾ, ਬਾਈ ਗੁਰਜੀਤ ਸਿੰਘ ਜੀ ਹੋਰੀ, ਉਹ ਵੀ ਪਹੁੰਚ ਗਏ। ਸਤਿ ਸ਼੍ਰੀ ਅਕਾਲ ਜੀ, ਬਾਈ ਬਿੰਦਰ ਰੋਡਿਆਂ ਤੋਂ, ਸਾਰੇ ਸਾਡੇ ਆਪਣੇ ਨੇ। ਬਾਈ ਗੁਰਜੰਟ, ਉਹ ਵੀ ਇੱਥੇ ਪਹੁੰਚ ਗਏ ਨੇ, ਮੇਰੇ ਵੱਡੇ ਭਰਾ ਨੇ। ਦੁਗਾਣੇ ਸ਼ੁਰੂ ਕਰਦੇ ਹਾਂ, ਨਾਲ ਨਾਲ ਨਾਂ ਬੋਲੀ ਜਾਵਾਂਗੇ, ਕਿਉਂਕਿ ਰਿਸ਼ਤੇਦਾਰੀਆਂ ਬਾਹਲੀਆਂ, ਫਿਰ ਬੰਦਾ ਰਿਸ਼ਤੇਦਾਰੀਆਂ ਜੀ ਉਲਝ ਜਾਂਦਾ। ਸੁਣਿਓ ਜੀ, ਹਾਂ ਬੈਠੋ ਸਾਹਮਣੇ, ਤੁਸੀਂ ਆ ਜਾਓ। Thank you.
ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੀ ਉੱਤ ਜਾਣ ਬੱਲੀਏ ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੱਲੀਏ ਮਾੜੀ ਮੋਟੀ ਗੱਲ ਤੇ ਨਾ ਸਾਨੂੰ ਪਰਖੀ ਰੱਖੀ ਹੌਸਲਾ ਰੱਖਣੇ ਨਾ ਤੂੰ ਜਰਕੀ ਲੋੜ ਪੈਣ ਤੇ ਵਾਰਾਂ ਤੇ ਤੂੰ ਜਿੰਦੜੀ ਲੋੜ ਪੈਣ ਤੇ ਵਾਰਾਂ ਤੇ ਤੂੰ ਜਿੰਦੜੀ ਖੜਾਂਗੇ ਇੱਕ ਤਾਣ ਬੋਲੀਏ ਲਾਉਣੀ ਸੁੱਖ ਤੇ ਲਾਉਣੀ ਸੌਖੀ ਲਾਉਣੀ ਸੁੱਖ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੋਲੀਏ ਲਾਉਣੀ ਸੁੱਖ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੋਲੀਏ ਸੋਚਦੀ ਹੁੰਦੀ ਸੀ ਚੰਨ ਮੱਖਣਾ ਪੈ ਤੇਰੇ ਦਰ ਮੁੜ ਨਾ ਸਖਣਾ
ਜਿਹੜੇ ਯਾਰ ਦੀ ਬੁੱਕਲ ਵਿੱਚ ਮਰਦੇ, ਜਿਹੜੇ ਯਾਰ ਦੀ ਬੁੱਕਲ ਵਿੱਚ ਮਰਦੇ, ਉਹ ਸਰਗਾਂ ਨੂੰ ਜਾਣ ਬੱਲੀਏ, ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੱਲੀਏ, ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੱਲੀਏ, ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੱਲੀਏ, ਲਾਉਣੀ ਸੌਖੀ ਤੇ ਨਭਾਉਣੀ ਪੈਂਦੀ ਰੱਖ ਕੇ ਤਲੀ ਦੇ ਉੱਤੇ ਜਾਣ ਬੱਲੀਏ। ਅਗਲਾ ਗੀਤ ਦੁਬਾਰਾ ਥੋੜ੍ਹੀ